ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਮੈਂ ਪਰਮਿੰਦਰ ਕੌਰ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ। ਅੱਜ ਆਪਾਂ ਲੈ ਕੇ ਆਏ ਹਾਂ ਵਿੰਟਰ ਕਲੈਕਸ਼ਨ, ਬਹੁਤ ਸੋਹਣੀ ਬਹੁਤ ਹੀ ਪਿਆਰੀ ਇਹ ਕੈਟਲੌਗ ਆਈ ਆ AK ਟੈਕਸ ਦੀ, ਬਹੁਤ ਹੀ ਵਧੀਆ ਪਿਓਰ ਪਸ਼ਮੀਨੇ ਦੇ ਉੱਪਰ, ਪੂਰੀ ਵਧੀਆ ਸਟੱਫ ਦੇ ਉੱਪਰ। ਕੋਈ ਇਹਦੇ ਲੂਨ ਦੀ ਕੰਪਲੇਨ ਨਹੀਂ, ਬੁਰ ਆਊਗਾ, ਸ਼ਰਿੰਕਿੰਗ ਹੋਊਗੀ, ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਨਹੀਂ ਰਹੂਗੀ। ਬਹੁਤ ਹੀ ਰੀਜਨੇਬਲ ਪ੍ਰਾਈਸ ਆ, ਨਾਲ ਵਿਸਕੋਸ ਮਸਲੀਨ ਦੇ ਲੱਗੇ ਹੋਏ ਨੇ ਦੁਪੱਟੇ, ਤੇ ਜਿੰਨੇ ਵੀ ਮੈਂ ਪੀਸ ਦਿਖਾਉਂਗੀ ਸਾਰਿਆਂ 'ਚ ਇੱਕੋ ਹੀ ਕਲਰ ਹੋਊਗਾ ਤੇ ਅਲੱਗ ਡਿਜ਼ਾਈਨ ਹੋਊਗਾ, ਕੋਈ ਵੀ ਸੇਮ ਡਿਜ਼ਾਈਨ ਨਹੀਂ ਹੋਊਗਾ, ਜਿੰਨੇ ਕਲਰ ਨੇ ਓਨੇ ਹੀ ਡਿਜ਼ਾਈਨ ਨੇ। ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ, ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ। ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ, ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ। ਲਓ ਜੀ, ਦਿਖਾਉਂਦੀ ਆ ਤੁਹਾਨੂੰ ਅੱਜ ਦੇ ਸੂਟ। ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਮੋਸਟ ਟ੍ਰੈਂਡਿੰਗ ਡਿਜ਼ਾਈਨ ਆ, ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਉੱਪਰ ਪੂਰਾ ਚੱਲ ਰਿਹਾ। ਬਹੁਤ ਸੋਹਣਾ ਬਣੇ ਹੋਏ ਦੀ ਲੁੱਕ ਦੇਖ ਲਓ, ਇੰਨਾ ਸੋਹਣਾ ਪੀਸ ਆ, ਬਹੁਤ ਹੀ ਪਿਆਰਾ। ਇੱਕ ਇੱਕ ਪੀਸ ਨਾ ਖੁੱਲਣ ਸਾਰ 6 ਆਪਣੇ ਕੋਲ ਆਈ ਆ, ਇਹ ਕੈਟਲੌਗ 6 ਪੀਸਾਂ ਦੀ, 6 ਦੇ 6 ਪੀਸ ਹੀ ਇੰਨੇ ਸੋਹਣੇ ਆਏ ਨੇ, ਜਾਣੀ ਕਿ ਪੀਸ ਖੁੱਲਣ ਸਾਰ ਸੇਲ ਹੋਣਗੇ, ਬਸ ਫਟਾਫਟ ਆਰਡਰ ਕਰ ਲਓ। ਜਿਹੜੀਆਂ ਭੈਣਾਂ ਦੇ ਪਹਿਲਾਂ ਆਰਡਰ ਆ ਗਏ ਉਹਨਾਂ ਨੂੰ ਬੁਕਿੰਗ ਇਹਨਾਂ ਦੀ ਹੋ ਜਾਣੀ ਆ। ਹਲੋ, ਲਾਈਟ ਵੇਟ ਜਿਹਨੂੰ ਆਪਾਂ ਪਸ਼ਮੀਨਾ ਕਹਿ ਦਿੰਦੇ ਹਾਂ, ਲਾਈਟ ਵੇਟ ਪਸ਼ਮੀਨਾ ਮੈਂ ਪਹਿਲਾਂ ਹੀ ਦੱਸ ਦਿੰਦੀ ਹਾਂ, ਕਿਉਂਕਿ ਜਿਹੜੀਆਂ ਭੈਣਾਂ ਬਾਹਰ ਬੈਠੀਆਂ ਨੇ ਉਹ ਲਾਈਟ ਵੇਟ ਹੀ ਪਸੰਦ ਕਰਦੀਆਂ ਨੇ ਤੇ ਵਿਦ ਦੁਪੱਟਾ ਕਰਦੀਆਂ ਨੇ। ਹਲੋ ਜੀ, ਵਿਸਕੋਸ ਸਾਰਾ ਪਸ਼ਮੀਨੇ ਦਾ ਬਹੁਤ ਸੋਹਣਾ ਇਹ ਸਾਰਾ ਹੈਗਾ ਵਾ ਕੰਮ ਹੋਇਆ, ਦੇਖੋ ਪ੍ਰਿੰਟਿੰਗ ਆ ਸਾਰੀ, ਇਹ ਜਿੰਨੀ ਵੀ ਤੁਹਾਨੂੰ ਸ਼ਰਟ ਦੇ ਉੱਪਰ ਦਿਖ ਰਹੀ ਆ ਸਾਰੀ ਪ੍ਰਿੰਟਿੰਗ ਹੋਈ ਹੋਈ ਆ, ਬਹੁਤ ਹੀ ਸੋਹਣੀ। ਸੇਮ ਬਾਹਾਂ ਦੇ ਉੱਪਰ ਪ੍ਰਿੰਟਿੰਗ ਆਊਗੀ, ਜਿੰਨੀ ਪ੍ਰਿੰਟਿੰਗ ਫਰੰਟ ਦੇ ਉੱਪਰ ਹੋਈ ਆ ਸੇਮ ਹੀ ਇਸੇ ਤਰ੍ਹਾਂ ਬੈਕ ਦੇ ਉੱਪਰ ਆਊਗੀ। ਬਹੁਤ ਸੋਹਣਾ ਸੂਟ ਆ ਤੇ ਬਹੁਤ ਹੀ ਪਿਆਰਾ, ਨਾਲੇ ਦੀ ਆਊਗੀ ਸੇਮ ਬੋਟਮ ਸੇਮ ਕਲਰ ਦੇ ਵਿੱਚ, ਤੇ ਨਾਲ ਇਹਨਾਂ ਦੀਆਂ ਬੋਟਮਾਂ 3-3 ਮੀਟਰ ਦੀ ਕੱਟ ਰਹੂਗੀ, ਬੋਟਮ ਦੀ 3.5-3, ਜਾਣੀ ਕਿ 2.5 ਤੋਂ ਪਲੱਸ ਹੋਣਗੀਆਂ, ਕਿਉਂਕਿ ਬ੍ਰਾਂਡ ਦੇ ਆਰਟੀਕਲ ਨੇ ਤੇ ਵਧੀਆ ਬਹੁਤ ਹੀ ਸੋਹਣੇ ਸਾਰਾ ਫੈਬਰਿਕ ਲੱਗਿਆ ਹੋਇਆ। ਜਿਹੜੇ ਬ੍ਰਾਂਡ ਦੇ ਆਰਟੀਕਲ ਹੁੰਦੇ ਇਹਨਾਂ ਨਾਲ ਬੋਟਮ ਹਮੇਸ਼ਾ ਪਲੱਸ 'ਚ ਹੀ ਆਉਂਦੀਆਂ ਨੇ। ਹਲੋ, ਨਾਲ ਹੈਗੀ ਆ ਜੀ ਦੁਪੱਟਾ, ਸੇਮ ਵਿਸਕੋਸ ਮਸਲੀਨ ਦਾ ਦੁਪੱਟਾ ਲੱਗਿਆ, ਪੂਰਾ ਸੋਹਣਾ ਬਹੁਤ ਹੀ ਸੋਹਣਾ ਵਾ ਦੁਪੱਟਾ ਵੀ, ਸਾਰਾ ਡਿਜੀਟਲ ਹੋਇਆ ਹੋਇਆ। ਹਲੋ, ਕੁਆਲਿਟੀ ਬਹੁਤ ਸੋਹਣੀ ਆ ਫੈਬਰਿਕ ਦੀ, ਸਭ ਤੋਂ ਜ਼ਿਆਦਾ ਬਸ ਜਦੋਂ ਆਪਾਂ ਵਿੰਟਰ ਦਾ ਸਟੱਫ ਲੈਂਦੇ ਹਾਂ ਸੇਮ ਇੱਕੋ ਹੀ ਚੀਜ਼ ਹੁੰਦੀ ਆ ਵੀ ਇਹਤੇ ਕੋਈ ਲੂਨ ਆਵੇ ਬੁਰ ਨਾ ਆਵੇ, ਹਨਾ, ਤੇ ਵਧੀਆ ਆਪਾਂ ਇਹਨਾਂ ਨੂੰ ਵੀਅਰ ਕਰ ਸਕੀਏ ਤੇ ਗ੍ਰੇਸ ਹੋਵੇ ਸੂਟਾਂ ਦੀ। ਉਸੇ ਤਰ੍ਹਾਂ ਦੇ ਇਹ 6 ਪੀਸ ਆਏ ਨੇ, 6 ਦੇ 6 ਪੂਰੇ ਸਰਦਾਰੀ ਲੁੱਕ ਦੇ ਸੂਟ ਨੇ, ਬਸ ਫਟਾਫਟ ਆਪਣੇ ਆਰਡਰ ਕਰ ਦਿਓ ਜਿਹੜੀਆਂ ਭੈਣਾਂ ਨੂੰ ਵੀ ਇਹ ਸੂਟ ਚਾਹੀਦੇ ਨੇ। ਇਹਦੇ ਵਿੱਚ 2 ਕਲਰ ਨੇ, ਸੈਕਿੰਡ ਕਲਰ ਹੈਗਾ ਆਹ ਵਾਲਾ, ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਲੱਗ ਰਿਹਾ ਪਾਇਆ ਹੋਇਆ ਸੂਟ, ਲੁੱਕ ਦੇਖ ਲਓ ਇਸ ਤਰ੍ਹਾਂ ਆਉਣੀ ਆ, ਜਦੋਂ ਇਹ ਸਟਿਚਿੰਗ ਹੋ ਕੇ ਵੀਅਰ ਕਰਨਾ ਆਪਾਂ ਇਸ ਤਰ੍ਹਾਂ ਇਹਦੀ ਲੁੱਕ ਆਉਣੀ ਆ। ਬਹੁਤ ਸੋਹਣੇ ਸੂਟ ਨੇ, ਇੱਕ ਵੀ ਪੀਸ ਛੱਡਣ ਵਾਲਾ ਨਹੀਂ ਹੈਗਾ, ਬਸ ਤੁਸੀਂ ਫਟਾਫਟ ਸਕਰੀਨਸ਼ਾਟ ਲੈਣੇ ਨੇ।
ਲਓ। ਪਲੀਜ਼ ਜਦੋਂ ਵੀ ਸਕਰੀਨਸ਼ਾਟ ਲੈਂਦੇ ਹੋ ਦੋ ਸੂਟਾਂ ਦੀ ਚੋਇਸ ਰੱਖ ਲਿਆ ਕਰੋ ਤਾਂ ਕਿ ਜਦੋਂ ਇੱਕ ਨੇ ਸੇਲ ਸੋਲਡ ਆਊਟ ਹੁੰਦਾ ਤਾਂ ਦੂਸਰਾ ਮਿਲ ਜਾਵੇ। ਕਈ ਭੈਣਾਂ ਜਦੋਂ ਇੱਕ ਪੁੱਛਦੀਆਂ ਨੇ ਫਿਰ ਦੁਬਾਰਾ ਰਿਪੀਟ ਵੀਡੀਓ ਦੇਖਦੇ ਹੋ ਫਿਰ ਦੂਜਾ ਸਿਲੈਕਟ ਕਰਕੇ ਭੇਜਦੇ ਹੋ ਜਾਂ ਉਹ ਵੀ ਸੋਲਡ ਆਊਟ ਹੋ ਜਾਂਦਾ। ਆ ਲਓ ਸੇਮ ਬਾਹਾਂ ਦੇ ਉੱਪਰ ਡਿਜ਼ਾਇਨ ਆਊਗਾ, ਸੇਮ ਫਰੰਟ ਦਾ ਡਿਜ਼ਾਇਨ ਆ, ਕਲਰ ਵੀ ਦੇਖ ਲਓ ਬਹੁਤ ਸੋਹਣਾ। ਇਹ ਜਿਹੜਾ ਆਪਾਂ ਪਹਿਲਾਂ ਖੋਲਿਆ ਇਹ ਗ੍ਰੀਨ ਜੇ ਸ਼ੇਡ ਦੇ ਉੱਪਰ ਸੀਗਾ, ਪਿਸਤਾ ਗ੍ਰੀਨ ਕਲਰ ਵੀ ਕਹਿ ਸਕਦੇ ਹਾਂ ਉਹਨੂੰ ਆਪਾਂ। ਜਿਹੜਾ ਇਹ ਆ ਇਹ ਥੋੜ੍ਹਾ ਜਿਹਾ ਮਹਿੰਦੀਆ ਟੋਨ ਦੇ ਉੱਪਰ ਆ। ਆ ਲਓ ਨਾਲ ਇਹਦੇ ਸੇਮ ਆਊਗੀ ਬੋਟਮ। ਸਭ ਤੋਂ ਵੱਡੀ ਇਹ ਗੱਲ ਆ ਕਿ ਬੋਟਮ ਆ ਪਲੱਸ ਸਾਰਾ 3-3 ਮੀਟਰ ਪ੍ਰੋਪਰ ਕੱਟ ਦੇ ਨਾਲ ਤੁਹਾਨੂੰ ਇਹਦੀਆਂ ਮਿਲਣਗੀਆਂ। ਬਹੁਤ ਸੋਹਣੀ ਗ੍ਰੇਸ ਦੇ ਸੂਟ ਨੇ, ਨਾਲ ਇੰਨੇ ਸੋਹਣੇ ਦੁਪੱਟੇ ਮਿਲ ਰਹੇ ਨੇ। ਲਓ ਵਾਈਟ ਐਂਡ ਬਲੈਕ ਕਲਰ, ਸਭ ਤੋਂ ਜ਼ਿਆਦਾ ਹਰ ਭੈਣ ਦੀ ਪਸੰਦ ਇਹ ਕਲਰ ਹੁੰਦੇ ਨੇ ਕਿਉਂਕਿ ਪਤਾ ਨਹੀਂ ਕਾਹਤੋਂ ਕੱਲ੍ਹ ਦੀ ਵੀਡੀਓ 'ਚ ਵੀ ਜਿਹੜਾ ਵਾਈਟ ਕਰੀਮ ਕਲਰ ਪਿਆ ਸਭ ਤੋਂ ਵੱਧ ਡਿਮਾਂਡ ਦੇ ਵਿੱਚ ਰਿਹਾ ਵਾ। ਅੱਜ ਵਾਲਾ ਵੀ ਅੱਜ ਦੇ ਸੈੱਟ ਦੇ ਵਿੱਚ ਵੀ ਤੁਹਾਨੂੰ ਵਾਈਟ ਮਿਲਣ ਜਾ ਰਿਹਾ। ਲਓ ਇੱਕ ਫਲਾਵਰ ਮਿਲੂਗਾ ਫਰੰਟ 'ਤੇ, ਪਿਓਰ ਪਸ਼ਮੀਨਾ ਦੇ ਉੱਪਰ ਵਾਈਟ ਆ, ਇਹ ਪੂਰਾ ਵਾਈਟ ਵੀ ਨਹੀਂ ਆਫ ਵਾਈਟ ਜਿਹਾ ਕਲਰ ਆ, ਪ੍ਰੋਪਰ ਵਾਈਟ ਵੀ ਨਹੀਂ ਕਹਿ ਸਕਦੇ, ਆਫ ਵਾਈਟ ਕਲਰ ਆ। ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਪਿਓਰ ਪਸ਼ਮੀਨੇ ਦਾ ਸਟੱਫ ਆ, ਕੋਈ ਲਾਈਨਿੰਗ ਦੀ ਰਿਕੁਆਇਰ ਨਹੀਂ ਇਹਨਾਂ ਸੂਟਾਂ ਨੂੰ ਕਾਸੇ ਦੀ ਨਹੀਂ ਹੈਗੀ, ਤੁਸੀਂ ਇਸੇ ਤਰ੍ਹਾਂ ਵੀ ਬਣਾ ਸਕਦੇ ਹੋ। ਬਟ ਜਿਹੜੀਆਂ ਭੈਣਾਂ ਬਾਹਰ ਬੈਠੀਆਂ ਉਹਨਾਂ ਨੂੰ ਮੈਂ ਜ਼ਰੂਰ ਰਿਕੁਐਸਟ ਕਰੂੰਗੀ ਕਿ ਲਾਈਨਿੰਗ ਨਾਲ ਇੱਕ ਸੂਟਾਂ ਦੀ ਗ੍ਰੇਸ ਬਹੁਤ ਸੋਹਣੀ ਆ ਜਾਂਦੀ ਆ। ਸੋ ਤੁਸੀਂ ਜੇ ਲਗਵਾਉਣਾ ਚਾਹੋ ਤੁਸੀਂ ਲਗਵਾ ਸਕਦੇ ਹੋ ਇਹਨਾਂ ਦੇ ਨੀਚੇ ਲਾਈਨਿੰਗ, ਕਿਉਂਕਿ ਤੁਹਾਡੇ ਮੌਸਮ ਵੀ ਇੱਧਰ ਨਾਲੋਂ ਜ਼ਿਆਦਾ ਠੰਡ ਹੁੰਦੀ ਆ। ਸੋ ਸੂਟਾਂ ਦੀ ਜਿਹੜੀ ਗ੍ਰੇਸ ਆ ਉਹ ਲਾਈਨਿੰਗ ਨਾਲ ਬਹੁਤ ਸੋਹਣੀ ਬਣ ਜਾਂਦੀ ਆ ਚਾਹੇ ਕੋਈ ਵੀ ਸਟੱਫ ਹੋਵੇ। ਆ ਲਓ ਜੀ ਇਹ ਹੈਗਾ ਵਾ ਫਰੰਟ, ਸੇਮ ਆਊਗਾ ਫਲਾਵਰ ਬੈਕ ਦੇ ਉੱਪਰ ਅਤੇ ਨਾਲ ਆਊਗਾ ਸੇਮ ਬਾਹਾਂ ਦੇ ਉੱਪਰ। ਦੇਖੋ ਕਿੰਨਾ ਸੋਹਣਾ ਬਾਹਾਂ ਦੇ ਉੱਪਰ ਕਲਰ ਕੰਬੀਨੇਸ਼ਨ, ਕੰਟਰਾਸਟ ਕਲਰਾਂ ਦੇ ਇੰਨੇ ਸੋਹਣੇ ਨੇ, ਇੰਨੇ ਪਿਆਰੇ ਨੇ, ਜਿਵੇਂ ਮਰਜ਼ੀ ਤੁਸੀਂ ਆਪਣਾ ਇਹ ਬਣਾ ਸਕਦੇ ਹੋ। ਪਿੰਕ ਕਲਰ ਦੇ ਨਾਲ ਸਾਰੀਆਂ ਪਾਈਪਿੰਗਸ ਵਗੈਰਾ ਲੱਗ ਕੇ ਬਹੁਤ ਸੋਹਣਾ ਕਲਰ ਕੰਟਰਾਸਟ ਬਣੂਗਾ। ਨਾਲ ਸੇਮ ਆਊਗੀ ਬੋਟਮ 3 ਮੀਟਰ ਦੀ, ਨਾਲ ਆਊਗਾ ਜੀ ਇਹਦੇ ਦੁਪੱਟਾ ਡਿਸਕੋਸ ਮਸਲੀਨ ਦੇ ਉੱਪਰ। ਦੁਪੱਟਿਆਂ ਦੇ ਵੀ ਕਿਆ ਕਹਿਣੇ ਆ, ਬਹੁਤ ਹੀ ਸੋਹਣੇ ਨੇ ਦੁਪੱਟੇ। ਆ ਲਓ ਦੇਖੋ ਕਿੰਨਾ ਸੋਹਣਾ ਦੁਪੱਟਾ ਇਹਦੇ ਨਾਲ ਲੱਗਿਆ ਹੋਇਆ, ਬਹੁਤ ਪਿਆਰਾ ਵਾ ਦੁਪੱਟਾ। 2.5-2.5 ਮੀਟਰ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਨੇ, ਚੈੱਕ ਕਰ ਲਓ ਦੁਪੱਟਾ। ਤੇ ਇਹਦੇ ਵਿੱਚ ਹੁਣ ਬਲੈਕ ਵੀ ਮਿਲੂਗਾ, ਵਾਈਟ ਵੀ ਹਰ ਕਿਸੇ ਭੈਣ ਦੀ ਪਸੰਦ ਆ ਤੇ ਬਲੈਕ ਵੀ। ਇਹਦੇ ਵਿੱਚ ਦੋ ਕਲਰ ਆਏ ਨੇ, ਦੋਨੇ ਦੇ ਦੋਨੇ ਨਾ ਪੂਰੇ ਜਾਣੀ ਕਿ ਅੱਤ ਹੀ ਆਏ ਨੇ, ਇਹ ਸਮਝ ਲਓ ਬਹੁਤ ਸੋਹਣੇ ਕਲਰ ਨੇ ਦੋਨੇ। ਸੇਮ ਬਲੈਕ ਦੇ ਨਾਲ ਵੀ ਇਹਦਾ ਕੰਬੀਨੇਸ਼ਨ ਹੋ, ਜਿਹੜੀਆਂ ਭੈਣਾਂ ਬਲੈਕ ਲੈਣਾ ਚਾਹੁੰਦੀਆਂ ਬਲੈਕ ਲੈ ਸਕਦੇ ਹੋ, ਬਹੁਤ ਸੋਹਣਾ ਬਲੈਕ ਦੇ ਨਾਲ ਵੀ ਇਹਦਾ ਕਲਰ ਕੰਟਰਾਸਟ ਬਹੁਤ ਸੋਹਣਾ ਵਾ। ਦੇਖੋ ਜਿਵੇਂ ਪੇਂਟ ਹੋਇਆ, ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ, ਲੱਗਦਾ ਆਇਆ ਜਿਵੇਂ ਪੇਂਟ ਹੋਇਆ ਹੁੰਦਾ, ਬਹੁਤ ਸੋਹਣਾ ਬਹੁਤ ਪਿਆਰਾ ਵਾ ਤੇ ਬਿਲਕੁਲ ਹੀ ਲਾਈਟ ਵੇਟ ਦਾ ਸੂਟ ਆ, ਪੂਰੀ ਸੋਫਟਨੈਸ ਆ ਕੱਪੜੇ ਦੇ ਵਿੱਚ। ਆਹ ਬਾਹਾਂ ਦੇ ਉੱਪਰ ਵੀ ਆਜੂਗਾ, ਬੈਕ ਦੇ ਉੱਪਰ ਵੀ ਸੇਮ ਫਲਾਵਰ ਆਊਗਾ। ਆ ਲਓ ਜੀ ਨਾਲ ਹੈਗੀ ਸੇਮ ਬਲੈਕ ਕਲਰ ਦੀ ਬੋਟਮ ਤੇ ਨਾਲ ਆਊਗਾ ਜੀ ਦੁਪੱਟਾ। ਸੇਮ ਆਊਗਾ ਦੁਪੱਟਾ, ਬਹੁਤ ਸੋਹਣੀ ਚੀਜ਼ ਆ, ਜਾਣੀ ਕਿ ਫਟਾਫਟ ਸਕਰੀਨਸ਼ਾਟ ਕਰ ਲਓ, ਜਿਹੜੀ ਭੈਣ ਦਾ ਪਹਿਲਾਂ ਸਕਰੀਨਸ਼ਾਟ ਆਉਂਦਾ ਉਹਨਾਂ ਨੂੰ ਇਹ ਮਿਲੂਗਾ ਸੂਟ। ਸੋ ਰਿਪੀਟ ਮੈਂ ਨਹੀਂ ਕਹਿ ਸਕਦੀ ਹੋਵੇ ਨਾ ਹੋਵੇ, ਮੈਨੂੰ ਨਹੀਂ ਲੱਗਦਾ ਰਿਪੀਟ ਹੋਊਗੀ।
ਸੋ ਪਲੀਜ਼ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ, ਪ੍ਰਾਈਜ਼ ਸਿਰਫ 1650 1650 ਰੁਪਇਆ ਪ੍ਰਾਈਜ਼ ਆ, ਬਸ ਫਟਾਫਟ ਸਕਰੀਨਸ਼ਾਟ ਲੈ ਕੇ ਆਪੇ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ। ਅਗਲਾ ਡਿਜ਼ਾਈਨ ਦੇਖ ਲਓ, ਇਹ ਵੀ ਬਹੁਤ ਪਿਆਰਾ ਵਾ ਡਿਜ਼ਾਈਨ, ਬਲੂ ਕਲਰ ਦੇ ਉੱਪਰ ਆ। ਆ ਲਓ ਜੀ, ਪੂਰਾ ਜ਼ਾਲ ਵਾਂਗੂ ਆਏ ਆ ਵੀ, ਜਿਵੇਂ ਜ਼ਾਲ ਜ਼ਾਲ ਦਾ ਸਾਰਾ ਕੰਮ ਨਹੀਂ ਕੀਤਾ ਹੁੰਦਾ ਜਾਂ ਥਰੈਡ ਚੱਲਿਆ ਹੁੰਦਾ, ਜਿਵੇਂ ਪਿੰਡਿਕਸ ਪਾਈਆਂ, ਕੁਛ ਨਹੀਂ ਹੈਗਾ, ਜਸਟ ਪ੍ਰਿੰਟਿੰਗ ਆ, ਸਾਰੀ ਡਿਜੀਟਲ ਪ੍ਰਿੰਟਿੰਗ ਹੋਈ ਆ। ਯਾਨੀ ਕਿ ਲੁੱਕ ਵਾਈਜ਼ ਜਦੋਂ ਤੁਹਾਡੇ ਕੋਈ ਵੀਅਰ ਕੀਤਾ ਦੇਖੂਗਾ ਤਾਂ ਉਹਨਾਂ ਨੂੰ ਐਂ ਲੱਗੂ ਜਿਵੇਂ ਇਹ ਪਿੰਟੈਕਸ ਪਾਈਆਂ ਹੁੰਦੀਆਂ ਨੇ ਅਤੇ ਵਿੱਚ ਡਿਜ਼ਾਇਨਿੰਗ ਦਿੱਤੀ ਹੋਈ ਆ, ਵਰਕ ਕੀਤਾ ਹੁੰਦਾ, ਬਟ ਸਾਰੀ ਪ੍ਰਿੰਟਿੰਗ ਆ ਸੂਟ ਦੇ ਉੱਪਰ। ਬਹੁਤ ਸੋਹਣਾ ਸੂਟ ਆ, ਬਲੂ ਕਲਰ ਦੇ ਉੱਪਰ। ਆ ਲਓ ਜੀ, ਇੱਦਾਂ ਆਊਗਾ ਇਹਦਾ ਸਾਰਾ ਘੇਰਾ, ਤੇ ਸਾਈਡ ਤੇ ਸੇਮ ਆ ਜਾਣਗੀਆਂ ਬਾਹਾਂ, ਬੈਕ ਵੀ ਸੇਮ ਆਊਗੀ ਸੂਟ ਦੀ। ਸਾਰੇ ਸੂਟਾਂ ਦੀ ਬੈਕ ਸੇਮ ਹੀ ਆ, ਜਿੱਦਾਂ ਫਰੰਟ ਆ ਸੇਮ ਬੈਕ ਆ, ਨਾਲ ਆਊਗਾ ਸੇਮ ਬਲੂ ਕਲਰ ਦੀ ਬੋਟਮ। ਆ ਲਓ ਜੀ, ਨਾਲ ਹੈਗਾ ਸੇਮ ਇਹਦਾ ਦੁਪੱਟਾ, ਦੇਖੋ ਦੁਪੱਟਾ ਕਲਰ ਕੰਟਰਾਸਟ ਦੇਖੋ, ਬਲੂ ਤੇ ਪਿੰਕ ਦਾ ਇਹ ਕਲਰ ਕੰਟਰਾਸਟ ਆ, ਕਿੰਨਾ ਸੋਹਣਾ ਦੁਪੱਟਾ ਬਣਿਆ ਹੋਇਆ, ਬਹੁਤ ਸੋਹਣੀ ਲੁੱਕ ਦਾ ਦੁਪੱਟਾ ਵਾ। ਸੋ ਫਟਾਫਟ ਸਕਰੀਨਸ਼ਾਟ ਲੈ ਲਓ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ, ਦੋ ਦੋ ਪੀਸ ਨੇ ਹਰ ਇੱਕ ਡਿਜ਼ਾਈਨ ਦੇ ਵਿੱਚ, ਦੋ ਇੱਕ ਡਿਜ਼ਾਈਨ, ਤਿੰਨ ਡਿਜ਼ਾਈਨ ਦਿਖਾ ਰਹੀ ਹਾਂ, ਹਰੇਕ ਦੇ ਵਿੱਚ ਦੋ ਦੋ ਕਲਰ ਨੇ। ਆ ਲਓ, ਬਹੁਤ ਸੋਹਣਾ, ਬਹੁਤ ਹੀ ਪਿਆਰਾ ਵਾ। ਇਹ 6 ਪੀਸਾਂ ਦੀ ਕੈਟਲੋਗ ਆ, 6 ਦੇ 6 ਪੀਸ ਬਹੁਤ ਸੋਹਣੇ ਆਏ। ਇਹ ਬਲੂ ਵਾਲੇ ਡਿਜ਼ਾਈਨ ਦੇ ਵਿੱਚ ਜਿਹੜਾ ਅਗਲਾ ਕਲਰ ਕੰਟਰਾਸਟ ਆ, ਉਹ ਵੀ ਬਹੁਤ ਸੋਹਣਾ, ਬਹੁਤ ਹੀ ਪਿਆਰਾ। ਆ ਦੇਖੋ, ਪਹਿਲਾਂ ਬਲੂ ਦੀ ਪਿੱਕ ਦੇਖ ਲਓ, ਇਹ ਹੈਗੀ ਬਲੂ ਵਾਲੇ ਦੀ, ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਲੱਗ ਰਿਹਾ ਵਾ। ਤੇ ਜਿਹੜਾ ਹੁਣ ਆਪਾਂ ਖੋਲਣ ਜਾ ਰਹੇ ਹਾਂ ਉਹ ਹੈਗਾ ਰਾਣੀ ਮਜੈਂਟਾ ਸ਼ੇਡ, ਇਹ ਵੀ ਬਹੁਤ ਸੋਹਣਾ ਸੂਟ, ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਅੱਜ ਦੀ ਵੀਡੀਓ ਦਾ। ਸੋ ਜਿਹੜਾ ਮਰਜ਼ੀ ਪੀਸ ਲੈ ਲਿਓ, ਪਰ ਇੰਨਾ ਗਾ ਵੀ ਵੀਡੀਓ ਪੈਣ ਸਾਰ ਆਪਣੇ ਸੂਟਾਂ ਦੇ ਸਕਰੀਨਸ਼ਾਟ ਪਾ ਦਿਓ ਤਾਂ ਕਿ ਤੁਹਾਨੂੰ ਮਿਲ ਜਾਣ। ਦੇਖੋ ਸੈਕਿੰਡ ਕਲਰ ਸੇਮ ਇਹਦੇ ਨਾਲ ਬੋਟਮ ਆਊਗੀ, ਤੇ ਨਾਲ ਸੇਮ ਹੀ ਆਊਗਾ ਜੀ ਦੁਪੱਟਾ। ਮਾਊਸ ਕਲਰ ਵਿਚਕਾਰ ਇਹਦਾ ਕਲਰ, ਜਿੱਦਾਂ ਦੇ ਇਹਦੇ ਵਿੱਚ ਕਲਰ ਪਾਏ ਹੋਏ ਆ ਉਸੇ ਤਰ੍ਹਾਂ ਨਾਲ ਇਹਦਾ ਕੰਟਰਾਸਟ ਕੀਤਾ ਹੋਇਆ ਸਾਈਡਾਂ ਦੇ ਸੇਮ, ਉਹ ਮਜੈਂਟਾ ਰਾਣੀ ਮਜੈਂਟਾ ਜਿੱਦਾਂ ਦਾ ਸੂਟ ਆ, ਬਹੁਤ ਸੋਹਣਾ ਕਲਰ ਕੰਟਰਾਸਟ ਆ। ਦੁਪੱਟਿਆਂ ਦਾ ਵੀ ਬਹੁਤ ਸੋਹਣੇ ਖੁੱਲ੍ਹੇ ਡੁੱਲੇ ਦੁਪੱਟੇ ਨੇ। ਲਓ ਜੀ, ਇਹ ਸੀਗੀ ਮੇਰੀ ਅੱਜ ਦੀ ਵੀਡੀਓ, ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ। ਪਿਓਰ ਪਸ਼ਮੀਨੇ ਦੇ ਉੱਪਰ ਨੇ ਇਹ, ਬਹੁਤ ਸੋਹਣਾ ਲਾਈਟ ਵੇਟ ਦਾ, ਜਿਹੜੀਆਂ ਭੈਣਾਂ ਮੰਗ ਰਹੀਆਂ ਸੀ। ਸੋ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰ ਦਿਓ ਜਿਹੜੀਆਂ ਭੈਣਾਂ ਨੂੰ ਇਹ ਸੂਟ ਚਾਹੀਦੇ ਨੇ ਤਾਂ ਕਿ ਤੁਹਾਡੀ ਬੁਕਿੰਗ ਹੋ ਸਕੇ। ਤੇ ਮੈਂ ਫਿਰ ਰਿਪੀਟ ਕਰ ਰਹੀ ਹਾਂ, ਇੱਕ ਸੂਟ ਨਹੀਂ ਦੋ ਸੂਟ ਸਿਲੈਕਟ ਕਰ ਲਿਆ ਕਰੋ, ਜੇ ਤਾਂ ਇੱਕ ਮਿਲਦਾ ਠੀਕ ਹੈ, ਨਹੀਂ ਤਾਂ ਦੂਜਾ ਫਟਾਫਟ। ਕਈ ਵਾਰੀ ਅੱਜ ਵੀ ਜਿਹੜੀ ਕੱਲ ਦੀ ਵੀਡੀਓ ਪਈ ਸੀ, ਬਹੁਤ ਭੈਣਾਂ ਨਾਲ ਇਦਾਂ ਹੋਇਆ, ਬਹੁਤ ਡਿਮਾਂਡ ਤੇ ਰਹੇ ਨੇ, ਕੱਲ ਦੀ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਤੁਸੀਂ, ਜਿਹੜੀ 2050 ਦੇ ਵਿੱਚ ਆਪਾਂ ਪਾਈ ਸੀ। ਸੋ ਉਹਦੇ ਇਹੀ ਹੋਇਆ, ਇੱਕ ਕਲਰ ਨਹੀਂ ਮਿਲਦਾ ਸੀ ਤਾਂ ਭੈਣਾਂ ਵਿਚਾਰੀਆਂ ਦੂਜੇ ਕਲਰ ਲਈ ਹਨਾ ਹੁੰਦਾ ਸੀ ਵੀ ਇਹਦੇ 'ਚ ਹੋ ਜਿਹੜੇ ਦੂਸਰੇ ਕਲਰ ਪਾਇਆ ਉਹ ਹੈਗੇ ਆ, ਜਾਨੂੰ ਉਹ ਦੁਬਾਰਾ ਦੇਖ ਕੇ ਦੁਬਾਰਾ ਸੈਂਡ ਕਰਦੇ ਆ, ਜਾਨੂੰ ਉਹ ਵੀ ਸੋਲਡ ਆਊਟ ਹੋ ਜਾਂਦੇ ਨੇ। ਸੋ ਤਾਂ ਮੈਂ ਕਹਿੰਦੀ ਹੁੰਦੀ ਹਾਂ ਕਿ ਇੱਕ ਦੋ ਸੂਟਾਂ ਦੀ ਚੋਇਸ ਜ਼ਰੂਰ ਰੱਖ ਲਿਆ ਕਰੋ। ਤੇ ਚਲੋ ਜੀ,
ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਲੈਕਸ਼ਨ ਤੁਹਾਨੂੰ ਕਿੱਦਾਂ ਦੀ ਲੱਗੀ। ਮਿਲਦੇ ਹਾਂ ਨਵੀਂ ਕਲੈਕਸ਼ਨ ਦੇ ਨਾਲ, ਨਵੇਂ ਸੂਟਾਂ ਦੇ ਨਾਲ। ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ।